ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ? ਮਾਈਕ ਤੋਂ ਲਗਾਓ ਸਰ, ਜਾਂ ਆਵਾਜ਼ ਪੂਰੀ ਕਲੀਅਰ ਦਿਖਾ ਰਹੀ ਹੈ। ਜਿਹੜੀ ਤਰੱਕੀ ਹੈ ਇਨਸਾਨ ਦੀ, ਜਿਹੜੀ ਤਰੱਕੀ ਹੈ ਮਨੁੱਖ ਦੀ, ਜਿਹੜੀ ਤਰੱਕੀ ਹੈ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਹੋਊਗੀ। ਉਹਦੀ ਕਿਰਪਾ ਦੇ ਨਾਲ ਅਸੀਂ ਸਾਰੇ ਲੋਕ ਜਾਤਾਂ ਪਾਤਾਂ ਦੇ ਸੰਕਟ ਚੋਂ ਨਿਕਲਾਂਗੇ। ਔਰ ਹਰ ਬੰਦੇ ਲਈ ਇਸ ਵੇਲੇ ਜਿਹੜੀ ਲੋੜ ਹੈ ਮੁਲਕ ਨੂੰ, ਹਰ ਬੰਦੇ ਦੇ ਵਿਕਾਸ ਲਈ, ਹਰ ਬੰਦੇ ਲਈ ਕਾਦੀ, ਹਰ ਬੰਦੇ ਦੇ ਛੱਤ ਵਾਸਤੇ, ਹਰ ਬੰਦੇ ਦੇ ਪੀਣ ਲਈ ਪਾਣੀ ਲਈ, ਹਰ ਬੰਦੇ ਦੇ ਰੁਜ਼ਗਾਰ ਵਾਸਤੇ ਜਿਹੜੀ ਲੋੜ ਹੈ, ਮੇਰਾ ਖਿਆਲ ਹੈ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਹਰ ਭਾਰਤੀ ਨੂੰ ਉਹ ਮਿਲੂਗਾ, ਉਹਦੀ ਕਿਰਪਾ ਹੋਊਗੀ। ਸੋ ਮੈਂ ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਭਗਵਾਨ ਰਾਮ ਜੀ ਪੰਜਾਬ ਦੇ ਉੱਤੇ ਵੀ ਕਿਰਪਾ ਕਰਨਗੇ। ਪੰਜਾਬ ਦੀ ਤਰੱਕੀ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੈ, ਜਿਹੜੀ ਰਾਤ ਦਿਨ ਜਾਰੀ ਹੈ, ਇਹ ਜਿਹੜੀ ਤਰੱਕੀ ਹੈ, ਜਿਹੜਾ ਵਿਕਾਸ ਹੈ, ਇਹ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਜਿਹੜਾ ਦੁੱਗਣਾ ਚੁੱਗਣਾ ਹੋ ਕੇ ਜਿਹੜਾ ਵਾਧਾ ਹੋਊਗਾ। ਔਰ ਪੰਜਾਬੀਆਂ ਨੇ ਜੋ ਕੁਛ ਮਤਲਬ ਅਹਿਸਾਸ ਦੇ ਨਾਲ, ਵਿਕਾਸ ਦੇ ਆਸ ਦੇ ਨਾਲ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਬਣਾਈ ਹੈ, ਉਹ ਵਿਕਾਸ ਜਿਹੜਾ ਹੋਰ ਦੂਣਾ ਤੀਣਾ ਹੋਊਗਾ। ਭਗਵਾਨ ਰਾਮ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਹੋਰ ਆਪਣੇ ਸਮਾਜ ਦੀ ਜਿਹੜੀ ਹੈ ਉਹ ਤਰੱਕੀ ਕਰਾਂਗੇ।